ਕਦੀ ਧਮਕੀਆਂ ਦੇ ਦੇਣਾ, ਕਦੀ ਕੁੜੀ ਨੂੰ ਕਹਿੰਦਾ ਘਰ ਆ ਜਾ, ਕਦੀ ਕਹਿੰਦਾ ਮੈਂ ਛੱਡ ਦੇਣਾ, ਕਦੀ ਕਹਿੰਦਾ ਲੈ ਜਾਣਾ, ਸਾਨੂੰ ਕੁਛ ਨਹੀਂ ਪਤਾ ਸਵੇਰ ਦਾ ਲੈ ਕੇ ਗਿਆ ਕਿ ਰਾਤ ਲੈ ਕੇ ਗਿਆ। ਹੁਣ ਕੁੱਟ ਮਾਰ ਕੇ ਸੱਟ ਦਿੱਤਾ, ਉੱਥੇ ਸਾਨੂੰ ਫੋਨ ਆਇਆ। ਸਾਨੂੰ ਨੀ ਪਤਾ, ਸਾਨੂੰ ਆ ਚੱਕਰ ਚੱਲਣ ਤੋਂ ਬਾਅਦ ਪਤਾ ਲੱਗਾ ਵੀ ਸਾਡੀ ਕੁੜੀ ਨੂੰ ਲੈ ਕੇ ਵੀ ਗਿਆ ਹੈ ਤੇ ਛੱਡ ਵੀ ਜਾਂਦਾ ਸੀ, ਤੇ ਬਾਅਦ ਚ ਹੁਣ ਮੁੱਕਰ ਗਿਆ ਹੈ। ਇਹ ਸਾਨੂੰ ਨੀ ਪਤਾ, ਸਾਨੂੰ 6 ਮਹੀਨੇ ਹੈਗਾ, ਇਹਨੇ ਸਾਨੂੰ ਬੜਾ ਪਰੇਸ਼ਾਨ ਮੁੰਡਾ ਕਰਦਾ ਪਿਆ, ਕਦੀ ਧਮਕੀਆਂ ਦੇ ਦੇਣਾ, ਕਦੀ ਕੁੜੀ ਨੂੰ ਕਹਿੰਦਾ ਘਰ ਆ ਜਾ, ਕਦੀ ਕਹਿੰਦਾ ਮੈਂ ਛੱਡ ਦੇਣਾ, ਕਦੀ ਕਹਿੰਦਾ ਲੈ ਜਾਣਾ, ਸਾਨੂੰ ਕੁਛ ਨੀ ਪਤਾ ਸਵੇਰ ਦਾ ਲੈ ਕੇ ਗਿਆ ਕਿ ਰਾਤ ਲੈ ਕੇ ਗਿਆ। ਹੁਣ ਕੁੱਟ ਮਾਰ ਕੇ ਸੱਟ ਦਿੱਤਾ, ਉੱਥੇ ਸਾਨੂੰ ਫੋਨ ਆਇਆ ਸੀ, ਵਿਆਹ ਦੀ ਗੱਲ ਚੱਲਦੀ ਪਈ ਸੀ, ਇਸੇ ਮਨਪ੍ਰੀਤ ਨਾਲ ਹੀ, ਤੇ ਉਹਦੇ ਮਨਪ੍ਰੀਤ ਪੁਲਿਸ ਮੁਲਾਜ਼ਮ, ਤੇ ਉਹਨੇ ਕਿਹਾ ਸੀ ਮੈਂ ਵਿਆਹ ਕਰਾ ਲਾਂਗਾ, ਕੋਈ ਰਿਲੇਸ਼ਨ 'ਚ ਰਿਹਾ ਇਹਦੇ ਨਾਲ ਪਹਿਲਾਂ ਕੁੜੀ ਨਾਲ, ਕੁੜੀ ਨੂੰ ਆਪਦੇ ਘਰ ਵੀ 2-3 ਵਾਰੀ ਲੈ ਕੇ ਗਿਆ ਹੈ, ਸਾਨੂੰ ਨਹੀਂ ਪਤਾ, ਸਾਨੂੰ ਆ ਚੱਕਰ ਚੱਲਣ ਤੋਂ ਬਾਅਦ ਪਤਾ ਲੱਗਾ ਹੈ ਵੀ ਸਾਡੀ ਕੁੜੀ ਨੂੰ ਲੈ ਕੇ ਵੀ ਗਿਆ ਹੈ ਤੇ ਛੱਡ ਵੀ ਜਾਂਦਾ ਸੀ, ਤੇ ਬਾਅਦ 'ਚ ਹੁਣ ਮੁੱਕਰ ਗਿਆ ਹੈ, ਤੇ ਕੱਲ੍ਹ ਲੈ ਗਿਆ ਨੇ, 2-3 ਦਿਨ ਹੋ ਗਏ ਰਾਜ਼ੀਨਾਮਾ ਕੀਤਾ ਹੈ ਅਸੀਂ DSP ਦਫ਼ਤਰ, DSP ਦੇ ਵਿਆਹ ਕਰਾਉਣ ਤੋਂ ਇਹਨੇ ਕਿਹਾ ਵੀ ਮੈਂ ਵਿਆਹ ਕਰਾ ਲਾਂਗਾ ਤੇ ਰਾਜ਼ੀਨਾਮਾ ਲਿਖ ਦਿਓ, ਮੈਂ ਬਹਿ ਕੇ ਸਮਝੌਤਾ ਕਰ ਦਾਂਗਾ, ਤੇ ਹੁਣ ਉਹ ਪਤਾ ਨਹੀਂ ਲੈ ਗਿਆ, 2 ਦਿਨ ਹੋਏ ਰਾਜ਼ੀਨਾਮੇ ਨੂੰ, 3 ਦਿਨ ਤੇ ਹੁਣ ਲੈ ਗਿਆ ਕੁੱਟ ਮਾਰ ਕੇ, ਉਹਦੀ ਕਹਿੰਦੇ ਮੰਮੀ ਨੇ ਕਿ ਪਤਾ ਨਹੀਂ ਕੌਣ ਘਰ 'ਚ ਕਿੰਨੇ ਕਿੰਨੇ ਉੱਥੇ ਸੱਟ ਦਿੱਤਾ, ਤੇ ਸਾਨੂੰ ਉੱਥੋਂ ਫੋਨ ਆਇਆ ਸੀ। ਹਾਂਜੀ ਲੜਕੀ ਬੇਹੋਸ਼ ਹੈ, ਸਾਨੂੰ ਇਹਦਾ ਇਨਸਾਫ ਚਾਹੀਦਾ। ਲੜਕੀ ਦਾ ਮਸਲਾ ਹੈ, ਕੀ ਮਸਲਾ ਸੀ ਤੇ ਕਿੱਥੋਂ ਦਾ ਮਸਲਾ? ਸਰ ਇਹ ਲੜਕੀ ਕੋਈ ਸਲਮਾ, ਸਾਨੂੰ ਇਨਫੋਰਮੇਸ਼ਨ ਦਿੱਤੀ ਜਮਾਂ ਦੋਸਤੋਂ, ਅਗਰ ਕੇਸ ਹੈ ਤੇ ਅਸੀਂ ਉਹਨੂੰ ਢੂੰਡ ਰਹੇ ਹਾਂ, ਤੇ ਉਹਨਾਂ ਨੇ ਕਿਹਾ ਵੀ ਰੈਫਰ ਕਰਤਾ ਫਿਰੋਜ਼ਪੁਰ ਇੱਥੇ ਸਿਟੀ ਹਸਪਤਾਲ ਦੇ ਵਿੱਚ। ਹਾਂਜੀ ਅਸੀਂ ਸਰ ਇੱਥੇ ਆਏ ਹਾਂ ਤੇ ਇੱਥੇ ਆ ਕੇ ਸਾਨੂੰ ਡਾਕਟਰ ਸਾਹਿਬ ਨੇ ਜਦੋਂ ਪੁੱਛਿਆ ਵੀ ਲੜਕੀ ਅਨਕੋਨਸ਼ੀਅਸ, ਕਹਿੰਦੇ ਅਨਫਿਟ ਹੈ, ਇਹਨੂੰ ਮੈਡੀਕਲ ਕਾਲਜ ਫਰੀਦਕੋਟ ਦਾ ਰੈਫਰ ਕਰਤਾ ਹੈ, ਤੇ ਇੱਥੇ ਜੋ ਸਟੇਟਮੈਂਟ ਦੇਣਗੇ ਲੜਕੀ ਉਹ ਤੇ ਫਰਦਰ ਕਾਰਵਾਈ ਉਹਨਾਂ ਤੇ ਲੈਣੀ ਪਊਗੀ। ਸਰ ਇੱਕ ਜਿਹੜਾ ਲੜਕੀ ਦਾ ਮਾਮਲਾ ਹੋਇਆ, ਕੀ ਮਾਮਲਾ ਹੈ ਸਰ? ਹਾਂਜੀ ਇੱਕ ਐਂਬੂਲੈਂਸ ਲੈ ਕੇ ਆਈ 108 ਤੇ ਇੱਕ ਲੜਕੀ ਨੂੰ, ਤੇ ਹਿਸਟਰੀ ਸਾਨੂੰ ਦਿੱਤੀ ਗਈ ਸੀਗੀ ਕਿ ਕੋਈ ਉਹਨੇ ਗੋਲੀਆਂ ਖਾਧੀਆਂ ਹੈਗੀਆਂ, ਤੇ ਪੇਸ਼ੈਂਟ ਦਾ ਅਸੀਂ ਗੈਸਟ੍ਰਿਕ ਲਵਾਜ ਵਗੈਰਾ ਕਰਤਾ ਹੈ, ਪੇਸ਼ੈਂਟ ਦੀ ਹਾਲਤ ਸਾਨੂੰ ਥੋੜ੍ਹੀ ਜਿਹੀ ਨਾਜ਼ੁਕ ਲੱਗ ਰਹੀ ਹੈ, ਇਸ ਕਰਕੇ ਫਰੀਦਕੋਟ ਮੈਡੀਕਲ ਕਾਲਜ ਰੈਫਰ ਕੀਤਾ ਹੈ, ਤੇ ਪੇਸ਼ੈਂਟ ਦਾ ਨਾਮ ਸਲਮਾ, ਪਿਤਾ ਦਾ ਨਾਮ ਸਾਬਾ, ਬੋਲਬਾਗ ਦੇ ਰਹਿਣ ਵਾਲੇ ਹੈ, ਪੁਲਿਸ ਇਨਫੋਰਮੇਸ਼ਨ ਵੀ ਭੇਜ ਦਿੱਤੀ ਹੋਈ ਹੈ, ਬਾਕੀ ਹਜੇ ਕਰ ਰਹੇ ਹਾਂ।